ਹੁਣ ਸਵਾਲ ਇਹ ਹੈ ਕਿ ਸਰਕਾਰਾਂ ਧਰਮ ਦੀ ਖੋਜ ਕਿਵੇਂ ਕਰਨ? ਜਿਹੜੇ ਧਾਰਮਿਕ ਆਦਮੀ ਨੇ, ਜਿਹੜੇ ਅਸਲੀ, ਜਿਹੜੇ ਦੋਹਾਂ ਤੋਂ ਦੁਖੀ ਨੇ, ਸਰਕਾਰਾਂ ਤੋਂ ਇਸ ਕਰਕੇ ਦੁਖੀ ਨੇ ਕਿ ਧਰਮ ਦੀ ਸਟੱਡੀ ਨਹੀਂ ਕਰਦੀਆਂ, ਉਹਨਾਂ ਨੇ ਧਰਮ ਦਾ ਵਿਸ਼ਾ ਤਿਆਗਿਆ ਹੋਇਆ। ਇਸ ਕਰਕੇ ਦੂਏ ਜਿਹੜੇ ਘੱਟ ਧਾਰਮਿਕ ਨੇ, ਉਹ ਇਹਨਾਂ ਨੂੰ ਅਸਲੀ ਧਾਰਮਿਕਾਂ ਨੂੰ ਉਹ ਵੀ ਨਹੀਂ ਪੁੱਛਦੇ, ਉਹ ਵੀ ਇਹਨਾਂ ਨੂੰ ਇਹਨਾਂ ਦੀ ਵੈਲਿਊ ਨਹੀਂ ਪਾਉਂਦੇ, ਇਹਨਾਂ ਦੀ ਗੱਲ ਨਹੀਂ ਸੁਣਦੇ। ਕਿ ਇਹ ਇਸ ਵਕਤ ਜੋ ਹੁਣ ਟਾਈਮ ਜਾ ਰਿਹਾ, ਇਹਦੇ ਵਿੱਚ ਜਿਹੜੇ ਅਸਲੀ ਧਾਰਮਿਕ ਬੰਦੇ ਨੇ, ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੈ, ਉਹ ਦੁਖੀ ਨੇ ਕਿ ਵਰਲਡ ਨੂੰ ਕਿਵੇਂ ਬਚਾਇਆ ਜਾਵੇ, ਕਿਵੇਂ ਸਭ ਦੇ ਵਿੱਚ ਪ੍ਰੇਮ ਪੈਦਾ ਕੀਤਾ ਜਾਵੇ, ਕਿਵੇਂ ਜਿਹੜੀ ਅਸ਼ਾਂਤੀ ਹੈ ਇਹਨੂੰ ਸ਼ਾਂਤੀ 'ਚ ਬਦਲਿਆ ਜਾਵੇ, ਇਹ ਜਿਹੜੀ ਅੱਗ ਜਲਦੀ ਹੈ ਇਹਨੂੰ ਕਿਵੇਂ ਬੁਝਾਇਆ ਜਾਵੇ। ਗੁਰੂ ਨਾਨਕ ਦਾ ਕਥਨ ਹੈ, ਜਗਤ ਜਲੰਦਾ ਰੱਖ ਲਾ ਆਪਣੀ ਕਿਰਪਾ ਧਾਰ। ਉਹ ਤਾਂ ਰੋਜ਼ ਇਹ ਪੜ੍ਹਦੇ ਨੇ ਕਿ ਜੱਗ ਜਲ ਰਿਹਾ, ਸਾਰਾ ਸੰਸਾਰ ਅੱਗ 'ਚ ਜਲ ਰਿਹਾ, ਹੇ ਪਰਮੇਸ਼ਰ, ਹੇ ਗੋਡ, ਇਹਨੂੰ ਕਿਰਪਾ ਕਰਕੇ ਇਹਨੂੰ ਬਚਾ ਲੈ, ਉਹਨਾਂ ਦੀ ਇੱਛਾ। ਹੁਣ ਸਰਕਾਰਾਂ ਉਹਨਾਂ ਦੀ ਗੱਲ ਸੁਣਨ ਤਾਂ ਹੀ ਹੈ, ਸਰਕਾਰ ਚਾਹੁੰਦੀ ਵੀ ਹੈ ਵੀ ਇਹ ਬਚਾਇਆ ਜਾਵੇ, ਤਾਂ ਉਹ ਸਰਕਾਰ ਉਹਨਾਂ ਬੰਦਿਆਂ ਨੂੰ ਆਪਣੇ ਨਾਲ ਬੁਲਾਵੇ। ਉਹਨਾਂ ਨੂੰ ਦੋ ਤਾਕਤਾਂ ਸਰਕਾਰ ਕੋਲ ਹੈ, ਇੱਕ ਤਾਂ ਉਹਨਾਂ ਕੋਲ ਇੰਟੈਲੀਜੈਂਟ ਬੰਦੇ ਵੀ ਹੈਗੇ ਨੇ, ਉਹਨਾਂ ਕੋਲ ਪਾਵਰ ਵੀ ਹੈਗੀ ਹੈ, ਪੈਸੇ ਦੀ ਪਾਵਰ ਵੀ ਹੈਗੀ ਹੈ, ਪਰ ਜਿਹੜੇ ਇੰਟੈਲੀਜੈਂਟ ਬੰਦੇ ਉਹਨਾਂ ਕੋਲ ਨੇ, ਉਹ ਧਰਮ ਦੀ ਖੋਜ ਨਹੀਂ ਕਰ ਸਕਦੇ। ਉਹ ਆਪ ਕਿਉਂਕਿ ਧਰਮ ਦੀ ਪੜ੍ਹਾਈ ਉਹਨਾਂ ਨੂੰ ਪੜ੍ਹਾਈ ਉਹ ਨਹੀਂ ਕਿਸੇ ਨੇ, ਧਰਮ ਦੀ ਪੜ੍ਹਾਈ ਵਾਲੇ ਅਸਲੀ ਬੰਦੇ ਉਹ ਲੈਣ ਨਾਲ, ਆਪ ਇੰਟੈਲੀਜੈਂਟ ਬੰਦੇ ਧਰਮ ਦੀ ਪੜ੍ਹਾਈ ਉਹ ਪੜ੍ਹਨ, ਧਰਮ ਦੀ ਡਿਸਕਸ਼ਨ ਕਰਨ, ਦੂਜਿਆਂ ਨੂੰ ਬੁਲਾ ਕੇ ਵੀ ਬੈਠੋ, ਜਿਹੜੇ ਦੂਜੇ ਨੇ ਉਹ ਵੀ ਵੈਸੇ ਸਰਕਾਰਾਂ ਨਾਲੇ ਨੇ, ਉਹਨਾਂ ਨੂੰ ਕਹਿਣ ਵੀ ਆਓ ਭਾਈ ਬੈਠੋ, ਤੁਸੀਂ ਵੀ ਨਾਲ ਬੈਠੋ, ਬੈਠ ਕੇ ਆਪਾਂ ਦੇਖੀਏ ਅਸਲੀ ਜਿਹੜਾ ਇੱਕ ਕਹਿੰਦੇ ਹੋ ਤੁਸੀਂ ਉਹ ਕੀ ਹੈ, ਇੱਕ ਦੀ ਖੋਜ ਕਰੀਏ। ਇੱਕ ਗੋਡ ਇੱਕ ਹੈ, ਪਰਮਾਤਮਾ ਵੀ ਇੱਕ ਨੂੰ ਕੋਈ ਵੀ ਨਹੀਂ ਕਹਿੰਦਾ, ਦੋ ਨੇ, ਗੋਡ ਨੂੰ ਕੋਈ ਨਹੀਂ ਦੋ ਬਣਦਾ, ਉਹ ਇੱਕ ਤੱਕ ਆਪਾਂ ਪਹੁੰਚਣਾ, ਖੋਜ ਕਰਨੀ ਉਹ ਕੀ ਹੈ, ਉਹਦੇ ਬਾਰੇ ਡਿਸਕਸ਼ਨ ਕਰੀਏ। ਜਦ ਸਪਿਰਚੁਅਲਿਜ਼ਮ ਵੱਲ ਚੱਲਾਂਗੇ, ਫਿਰ ਬਾਹਰਲੇ ਜਿਹੜੇ ਭੇਖ ਨੇ, ਬਾਹਰਲੀ ਜਿਹੜੀ ਆਈਡੈਂਟੀ ਹੈ, ਤਾਂ ਕੋਈ ਝਗੜਾ ਨਹੀਂ ਰਹਿ ਜਾਂਦਾ। ਬਾਹਰ ਆਪਣਾ ਕੀ ਕੋਈ ਖਾਂਦਾ ਹੈ, ਕਿਹੋ ਜਿਹਾ ਕਿਸੇ ਦਾ ਭੇਖ ਹੈ, ਇਹਦੇ ਨਾਲ ਕੋਈ ਝਗੜਾ ਨਹੀਂ ਰਹਿ ਜਾਂਦਾ। ਆਪਣੇ ਆਪਣੇ ਰੱਖੋ ਸਾਰੇ, ਕੋਈ ਫਰਕ ਨਹੀਂ। ਜਿਹਨਾਂ ਜਿਹੜੇ ਫਰਕ ਸਮਝਦੇ ਨੇ, ਦਰਅਸਲ ਉਹ ਧਾਰਮਿਕ ਆਦਮੀਆਂ ਨਹੀਂ ਹਨ, ਉਹ ਤਾਂ ਗਰੁੱਪ ਬਣਾਉਂਦੇ ਨੇ ਲੜਨ ਵਾਸਤੇ, ਰਾਜ ਖੋਲ੍ਹਣ ਵਾਸਤੇ। ਅਸਲੀ ਧਰਮ ਵਿੱਚ ਬਾਹਰਲੇ ਜਿਹੜਾ ਭੇਖ ਹੈ, ਜਿਹਨੂੰ ਅਸੀਂ ਕਹਿੰਦੇ ਆਈਡੈਂਟੀਟੀ ਹੈ, ਉਹਦਾ ਕੋਈ ਝਗੜਾ ਨਹੀਂ, ਨਾ ਕੋਈ ਖਾਣ ਪੀਣ ਦਾ ਝਗੜਾ। ਜਿਹੜੀ ਗੱਲ ਦਾ ਦੋ ਚੀਜ਼ਾਂ ਖਾਣ ਪੀਣ ਦਾ ਗੱਲ ਹੈ, ਉਹਨੂੰ ਸਾਰੇ ਧਰਮ ਉਹ 'ਤੇ ਇੱਕ ਮਤ ਨੇ। ਜਿਵੇਂ ਸਮੋਕਿੰਗ ਦਾ ਗੱਲ ਹੈ, ਉਹਨੂੰ ਕੋਈ ਵੀ ਨਹੀਂ ਧਰਮ ਮੰਨਦਾ ਕਿ ਠੀਕ ਹੈ, ਬਸ ਇਹੀ ਇੱਕ ਵੱਡੀ ਗੱਲ ਹੈ, ਉਹ ਵੀ ਬਾਹਰਲੀ ਸਰੀਰ ਵਾਸਤੇ ਹੀ ਹੈ। ਬਾਹਰਲੇ ਸਰੀਰ 'ਚ ਕੋਈ ਅਲੱਗ ਅਲੱਗ ਦੇਸ਼ ਨੇ, ਅਲੱਗ ਅਲੱਗ ਜਗ੍ਹਾ ਮੌਸਮ ਹੈ, ਅਲੱਗ ਅਲੱਗ ਕਲਾਈਮੇਟ ਹੈ, ਉਹਨਾਂ ਦਾ ਖਾਣ ਪੀਣ ਵੀ ਇੱਕ ਨਹੀਂ ਹੋ ਸਕਦਾ। ਉਹ ਜਿਹੜੇ ਲੋਕ ਗੱਲਾਂ ਕਰਦੇ ਨੇ, ਉਹ ਅਸਲ ਦੇ ਵਿੱਚ ਇੱਕ ਧਰਮ ਵਿੱਚ ਆਉਣਾ ਨਹੀਂ ਚਾਹੁੰਦੇ, ਉਹ ਆਪਣਾ ਧੜਾ ਵੱਖਰਾ ਰੱਖਣਾ ਚਾਹੁੰਦੇ ਨੇ। ਉਹ ਹਿੱਟ ਕਰਦੇ ਨੇ, ਉਹ ਜ਼ਿੱਦ ਕਰਕੇ ਵੀ ਅਸੀਂ ਇਕੱਠੇ ਹੋਣਾ ਹੀ ਨਹੀਂ ਕਿਸੇ ਨੂੰ, ਉਹਨਾਂ ਨੂੰ ਮਜਬੂਰ ਕਰ ਦਿੱਤਾ ਜਾਵੇ, ਉਹ ਇਕੱਲੇ ਰਹਿ ਜਾਣ, ਫਿਰ ਪਤਾ ਕਰ, ਉਹਨਾਂ ਨੂੰ ਸਾਬਤ ਕਰ ਦਿੱਤਾ ਜਾਵੇ ਇਹ ਧਾਰਮਿਕ ਬੰਦੇ ਹੀ ਨਹੀਂ ਹਨ, ਇਹ ਧਰਮ ਦੇ ਨਾਂ 'ਤੇ ਆਪਣਾ ਕੁਛ ਨਵਾਂ ਹੀ ਕਲਚਰ, ਧਰਮ ਦੇ ਵਿਰੋਧੀ ਨੇ ਸਗੋਂ। ਏਕਤਾ ਨੂੰ ਹਿੱਟ ਕਰਦੇ ਨੇ, ਜਿਹੜਾ ਪ੍ਰੇਮ ਪੈਦਾ ਨਹੀਂ ਕਰਦੀ ਜਿਹੜੀ ਗੱਲ, ਜਿਹੜੇ ਧਾਰਮਿਕ ਆਦਮੀ ਦੀ ਜਿਹੜੀ ਗੱਲ ਪ੍ਰੇਮ ਨੂੰ ਨੁਕਸਾਨ ਪਹੁੰਚਾਉਂਦੀ ਹੈ, ਏਕਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ, ਉਹ ਇਲੀਗਲ ਕਰਾਰ ਦਿੱਤੀ ਜਾਵੇ। ਜੋ ਪ੍ਰੇਮ ਪੈਦਾ ਕਰਦੀ ਹੈ ਗੱਲ, ਉਹਨੂੰ ਤਾਂ ਸਵੀਕਾਰ, ਉਹਨੂੰ ਮੰਨ ਲਿਆ ਜਾਵੇ। ਜਿਹੜੀ ਪ੍ਰੇਮ ਦੇ ਵਿੱਚ ਫ੍ਰਿਕਸ਼ਨ ਪੈਦਾ ਨੁਕਸਾਨ ਕਰਦੀ ਹੈ, ਉਹਨੂੰ ਰੱਦ ਕਰ ਦਿੱਤਾ ਜਾਵੇ, ਔਰ ਰੱਦ ਕਰਨ ਦੇ ਯੋਗ ਹੈ। ਜੇ ਗੋਡ ਇਜ਼ ਲਵ ਹੈ,
ਤਾਂ ਲਵ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ, ਗੌਡ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ, ਉਹ ਨਹੀਂ ਮੰਨੀ ਜਾ ਸਕਦੀ ਧਰਮ 'ਚ। ਉਹ ਤਾਂ ਗੌਡ ਨੂੰ ਕਤਲ ਕਰਨ ਵਾਲੀ ਗੱਲ ਹੈ, ਫਿਰ ਗੌਡ ਦੇ ਖਿਲਾਫ ਗੱਲ ਹੈ, ਉਹ ਨਹੀਂ ਮੰਨੀ ਜਾ ਸਕਦੀ। ਜਿਹੜੀ ਪ੍ਰੇਮ ਭਾਵਨਾ ਪੈਦਾ ਕਰਨ ਵਾਲੀ ਗੱਲ ਹੈ ਉਹਨੂੰ ਵੈਲਕਮ ਕੀਤਾ ਜਾਵੇ, ਜਿਹੜੀ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ ਉਹਨੂੰ ਨੋ ਐਂਟਰੀ, ਉਹਦੀ ਐਂਟਰੀ ਨਹੀਂ ਹੋ ਸਕਦੀ ਧਰਮ ਦੇ ਵਿੱਚ। ਇਹ ਗੱਲ ਜ਼ਰੂਰੀ ਹੈ, ਸਟ੍ਰਿਕਟਲੀ ਜਿੰਨਾ ਚਿਰ ਨਹੀਂ ਇਹ ਕਰਦੇ ਉਹਨਾਂ ਚਿਰ ਗੱਲ ਨਹੀਂ ਬਣਦੀ। ਅਤੇ ਸਾਰੇ ਧਰਮਾਂ ਦੇ ਜਿਹੜੇ ਚੰਗੇ ਬੰਦੇ ਨੇ ਉਹ ਇੱਕ ਪਲੈਟਫਾਰਮ 'ਤੇ ਜਦ ਆ ਜਾਣਗੇ, ਸਰਕਾਰ ਉਹਨਾਂ ਦੇ ਨਾਲ ਹੋਊਗੀ, ਕੋਈ ਵਜ੍ਹਾ ਨਹੀਂ ਕਿ ਇਹ ਅੱਗ ਨਾ ਹੋ ਜਾਵੇ ਉਹਨਾਂ ਦੇ ਨਾਲ। ਪਬਲਿਕ ਨੇ ਨਹੀਂ ਰਹਿਣਾ ਧਰਮ ਦੇ ਖਿਲਾਫ ਵਾਲਿਆਂ ਦੇ, ਪਬਲਿਕ ਨੇ ਸਾਥ ਨਹੀਂ ਦੇਣਾ, ਉਹ ਇਕੱਲੇ ਰਹਿ ਜਾਣਗੇ, ਆਪੇ ਚੁੱਪ ਕਰ ਜਾਣਗੇ। ਇਹ ਇੱਕ ਫਾਰਮੂਲਾ ਹੈ, ਜੇ ਸਰਕਾਰਾਂ ਮੰਨ ਲੈਣ ਤਾਂ ਇਹਦੇ ਨਾਲ ਬਚਾਓ ਹੋ ਸਕਦਾ। ਬਾਕੀ ਮੰਨਣਾ ਨਾ ਮੰਨਣਾ ਸਰਕਾਰਾਂ ਦੀ ਮਰਜ਼ੀ ਹੈ। ਧਾਰਮਿਕ ਆਦਮੀ ਸਿਰਫ ਰਾਏ ਦੇ ਸਕਦੇ ਨੇ, ਜ਼ਬਰਦਸਤੀ ਮਨਾਉਣ ਦਾ ਉਹਨਾਂ ਦਾ ਕੰਮ ਨਹੀਂ। ਜੇ ਪਰਮੇਸ਼ੁਰ ਚਾਹੁੰਦਾ ਹੋਊ ਬਚਾਉਣਾ ਤਾਂ ਉਹ ਗੱਲ ਸਾਡੀ ਮੰਨ ਲੈਣਗੇ, ਜੇ ਪਰਮੇਸ਼ੁਰ ਨਹੀਂ ਚਾਹੁੰਦਾ ਕਿ ਦੁਨੀਆ ਬਚੇ ਫਿਰ ਉਹਨਾਂ ਸਾਡੀ ਗੱਲ ਨਹੀਂ ਮੰਨਣੀ।